2400 ਵੋਟਾਂ ਦੇ ਵਿੱਚੋਂ 700 ਵੋਟਾਂ ਹੀ ਜਿਹੜੀਆਂ ਨੇ ਕੱਟ ਦਿੱਤੀਆਂ ਗਈਆਂ ਨੇ, ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਿਹੜਾ ਸੜਕ 'ਤੇ ਧਰਨਾ ਲਗਾ ਦਿੱਤਾ ਹੈ। ਤਸਵੀਰਾਂ ਨੇ ਜਿੱਥੇ ਧਰਨਾ ਜਿਹੜਾ ਸੜਕ 'ਤੇ ਲਗਾ ਦਿੱਤਾ ਗਿਆ ਔਰ ਦੋਵਾਂ ਪਾਸਿਓਂ ਜਿਹੜੀ ਆਵਾਜਾਈ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ। ਇਹਨਾਂ ਦਾ ਕਹਿਣਾ ਕਿ 750 ਦੇ ਕਰੀਬ ਜਿਹੜੀਆਂ ਨੇ ਵੋਟਾਂ ਕੱਟ ਦਿੱਤੀਆਂ ਗਈਆਂ ਨੇ। ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ, ਕੀ ਸਾਰਾ ਮਾਮਲਾ ਹੋਇਆ, ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਾ ਕਿ ਵੋਟਾਂ ਕੱਟੀਆਂ ਗਈਆਂ? ਦੇਖੋ ਜੀ, ਅਸੀਂ ਪਹਿਲਾਂ ਸਾਨੂੰ ਕੋਈ ਪਤਾ ਨਹੀਂ, ਜਦੋਂ ਅਸੀਂ ਲਿਸਟਾਂ ਲਈਆਂ ਵਾ ਉਸ ਵਿੱਚ ਸਾਡੀਆਂ 750 ਵੋਟ ਜਿਹੜੀ ਆ ਉਹ ਗਾਇਬ ਆਈ ਆ। ਇਸ ਕਰਕੇ ਅਸੀਂ ਪਤਾ ਕੀਤਾ, ਪ੍ਰਸ਼ਾਸਨ ਦੇ ਕੋਲ ਵੀ ਗਏ, ADC ਸਾਹਿਬ ਵਿਕਾਸ ਕੋਲ ਅਸੀਂ ਪਹੁੰਚੇ, ਉਹਨਾਂ ਨੂੰ ਕਿਹਾ ਕਿ ਸਾਡੀਆਂ ਇੰਨੀਆਂ ਵੋਟਾਂ ਕੱਟੀਆਂ ਗਈਆਂ। ਉਹ ਕਹਿਣ ਲੱਗੇ ਕਿ ਸਾਨੂੰ ਲਿਸਟਾਂ ਬਣਾ ਕੇ ਦਿਓ ਜਿਹੜੇ ਅਸੀਂ ਤੁਹਾਡੀਆਂ ਬਣਵਾ ਦਈਏ। ਪਰ ਉਹ BDO ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਕੋਲ ਪੇਪਰ ਲੈ ਲਓ। ਅਸੀਂ 2 ਦਿਨ ਉਹ BDO ਹੀ ਲੱਭਦੇ ਥੱਕ ਗਏ ਹਾਂ ਕਿ BDO ਸਾਹਿਬ ਹੀ ਨਹੀਂ ਸਾਨੂੰ ਦਫ਼ਤਰ 'ਚ ਲੱਭਦੇ, ਪਤਾ ਨਹੀਂ ਕਿੱਧਰ ਗਾਇਬ ਹੋ ਗਏ ਆ। ਇਸ ਕਰਕੇ ਸਾਨੂੰ ਵੋਟਾਂ ਬਣਾਉਣ ਦੀ ਆਸ ਨਹੀਂ ਇਸ ਪ੍ਰਸ਼ਾਸਨ ਕੋਲੋਂ, ਇਸ ਕਰਕੇ ਅਸੀਂ ਧਰਨਾ ਲਾ ਦਿੱਤਾ ਵਾ। ਧਰਨਾ ਜਿਹੜਾ ਵਾ ਉਹ ਸਾਡਾ ਲਗਾਤਾਰ ਲਾਗੂ ਚਾਲੂ ਰਹੂਗਾ ਔਰ ਵੋਟਾਂ ਵਾਲੇ ਦਿਨ ਵੀ ਅਸੀਂ ਵੋਟਾਂ ਨਹੀਂ ਪੈਣ ਦੇਵਾਂਗੇ ਪਿੰਡ ਦੇ ਵਿੱਚ, ਕਿਉਂਕਿ 750 ਵੋਟਰ ਜਿਹੜਾ ਵਾ ਉਹ ਵਿੱਚੋਂ ਗਾਇਬ ਆ, ਅਸੀਂ ਕਿਉਂ ਪੈਣ ਦੇਵਾਂਗੇ ਵੋਟਾਂ? ਆ ਬਿਲਕੁਲ, 2400 ਦੇ ਵਿੱਚੋਂ 750 ਵੋਟ ਜਿਹੜੀ ਆ ਗਾਇਬ ਹੈ। ਔਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ, ਲਿਸਟਾਂ ਜਿਹੜੀਆਂ ਨੇ ਇਹਨਾਂ ਦੇ ਕੋਲ ਮੌਜੂਦ ਨੇ ਜਿਹਦੀ ਵੋਟ ਕਟਿੰਗ ਕੀਤੀ ਗਈ। ਕੱਲ੍ਹ ਤੁਸੀਂ SDM ਦਫ਼ਤਰ ਵੀ ਗਏ, ਕੀ ਉੱਥੇ ਸਵਾਸ਼ਨ ਤੁਹਾਨੂੰ ਦਿੱਤਾ ਉਹਨਾਂ ਨੇ ਔਰ ਕੀ ਗੱਲਬਾਤ ਹੋਈ ਤੁਹਾਡੀ? ਕੱਲ੍ਹ ਜੀ ਅਸੀਂ ਬਹੁਤ ਵਾਰ ਬੰਦੇ ਸਰਦਾਰ ਚੜ੍ਹਦੀ ਸਿੰਘ ਸਰਪੰਚ ਸਾਹਿਬ ਹੋਰ ਵੀ ਤੁਹਾਡੀ ਸੱਜਣ ਪਿੰਡ ਵਾਰਡ ਦੇ ਬਹੁਤ ਵਾਰ ਆਦਮੀ ਗਏ, ਅਸੀਂ ਇਹਨਾਂ ਦੀ ਦਰਖਾਸਤ ਦਿੱਤੀ ਜਾ ਕੇ SDM ਸਾਹਿਬ ਦੇ, ਉਹਨਾਂ ਨੇ ਸਾਨੂੰ ਕੋਈ ਪ੍ਰਸ਼ਾਸਨ ਨੇ ਨਹੀਂ ਦਿੱਤਾ ਵੀ ਸਰਾ। ਉਹ ਕਹਿੰਦੇ ਵੀ ਹੁਣ ਜਿਹੜਾ ਤੁਹਾਡਾ ਮਸਲਾ ਵਾ ਉਹ ਲੰਘ ਚੁੱਕਾ ਵਾ, ਹੁਣ ਨਹੀਂ ਤੁਹਾਡਾ ਕੋਈ ਕੰਮ ਬਣਨਾ, ਤੁਸੀਂ ਜਾਓ। ਅਸੀਂ ਨਮੋਸ਼ੀ ਦੇ ਮਾਰੇ ਬਾਹਰ ਆ ਗਏ ਹਾਂ ਅਤੇ ਫਿਰ ਆਣ ਕੇ ਅਸੀਂ ਆਪਣੇ ਪਿੰਡ ਵਾਸੀਆਂ ਦੇ ਨਾਲ ਸਾਰੀ ਸੰਗਤ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਆ, ਉਹਦੇ ਰੋਸ ਵੱਲੋਂ ਜਿਹੜਾ ਧਰਨਾ ਵਾ ਪਿੰਡ ਬਾਠ ਦੇ ਚੌਂਕ ਦੇ ਵਿੱਚ ਲਾਇਆ ਗਿਆ ਵਾ। ਕਿੰਨੀ ਦੇਰ ਧਰਨਾ ਜਿਹੜਾ ਜਾਰੀ ਰਹੂਗਾ ਔਰ ਕੀ ਇਹ ਸਾਰੇ ਜਿਵੇਂ ਤੁਸੀਂ ਕਹਿੰਦੇ ਸਰਬਸੰਮਤੀ ਨਾਲ ਬੰਦਾ ਜਿਹੜਾ ਇਨਸਾਫ ਨਹੀਂ ਮਿਲਦਾ ਜੀ, ਧਰਨਾ ਜਾਰੀ ਰਹੂਗਾ ਜੀ? ਇਹ ਸਰਕਾਰ ਦੀ ਤਾਂ ਲੈ ਗਈ ਆ ਜੀ, ਇਹਨਾਂ ਨੂੰ ਪਤਾ ਸਾਡਾ ਕੋਈ ਸਰਪੰਚ ਨਹੀਂ ਬਣਦਾ, ਕਈਆਂ ਪਿੰਡਾਂ 'ਚ ਸਰ ਆਪਣੇ ਖਲੋਤੇ ਆ ਜੀ, ਆਪਣੀ ਦੋਵਾਂ ਪਾਰਟੀਆਂ ਦੇ, ਅਤੇ ਸਰਕਾਰ ਦੀ ਬਹੁਤ ਵੱਡੀ ਨਲੈ ਗਈ ਹੈ ਜੀ। ਭਗਵੰਤ ਮਾਨ ਜੀ ਲਾਓ, ਜਿਹੜੇ ਮੰਤਰੀ MLA ਆ ਇਹਨਾਂ ਦਾ ਬੇੜਾ ਗਰਕ ਹੋਇਆ ਪਿਆ ਜੀ। ਇਹਨਾਂ ਨੂੰ ਪਾਰਲੀਮੈਂਟ ਦੇ ਬੋਰਡ 'ਚ ਕੋਈ ਵੋਟ ਨਹੀਂ ਪਾਈ ਕਿਸੇ ਨੇ, ਸਾਡੇ ਪਿੰਡੋਂ 70 ਵੋਟਾਂ ਪਈਆਂ ਜੀ, ਅੱਗੇ ਜਿੱਤੇ ਸਾਡੇ ਪਿੰਡੋਂ ਇਹ ਆਮ ਆਦਮੀ ਸਰਕਾਰ ਦਾ ਬੇੜਾ ਗਰਕ ਹੋਇਆ ਜੀ, ਇਹ ਕੰਮ ਹੋਇਆ। ਬਿਲਕੁਲ, 750 ਜਿਵੇਂ ਵੋਟ ਕੱਢ ਦਿੱਤੀ ਜਾਂਦੀ, 18 ਸਾਲ ਦੇ ਨਿਆਣੇ ਵੋਟ ਪਾਉਣਾ ਹੁੰਦੇ ਬੜੇ ਚਾਹਵਾਨ ਹੁੰਦੇ ਨੇ, 2400 ਵੋਟਾਂ 'ਚੋਂ 750 ਕੱਢੇ, ਕਈਆਂ ਨੇ ਪਹਿਲੀ ਵਾਰ ਪਾਉਣੀ ਸੀ, ਕੀ ਪ੍ਰਭਾਵ ਜਾਊਗਾ ਫਿਰ ਜੀ? ਬਹੁਤ ਮਾੜਾ ਪ੍ਰਭਾਵ ਜਾਊਗਾ ਜੀ, ਇਹਦੀ ਸਰਕਾਰ 'ਤੇ ਜ਼ਿਆਦਾ ਮਾੜਾ ਪ੍ਰਭਾਵ ਜਾਊਗਾ, ਕਿਉਂਕਿ ਸਰਕਾਰ ਜਿਹੜੀ ਨਾ ਅੱਗੇ ਸਰਕਾਰਾਂ ਹੁੰਦੀਆਂ ਰਹੀਆਂ, ਪਰ ਇਹ ਤਾਂ ਮੁਗਲਾਂ ਤੋਂ ਵੀ ਗਾਂਹ ਲੰਘੀ ਸਰਕਾਰ ਜਿਹੜੀ ਆ, ਔਰੰਗਜ਼ੇਬ ਵਰਗਾ ਫਰਮਾਨ ਇਹ ਕਰ ਰਹੀ ਆ। ਮੈਂ ਵੀ ਮੈਂ ਨਾ ਮੰਨੂੰ, ਤੁਸੀਂ ਮੰਨੋ ਪਰ ਮੈਂ ਨਹੀਂ ਮੰਨਣਾ। ਸਾਨੂੰ ਕਹਿੰਦਾ ਤੁਸੀਂ ਰੱਬ ਦਾ ਭਾਣਾ ਮੰਨੋ, ਪ੍ਰਸ਼ਾਸਨ ਅਧਿਕਾਰੀ ਕਹਿੰਦੇ ਆ, ਪਰ ਇਹ ਨਹੀਂ ਕਹਿੰਦੇ ਵੀ ਤੁਹਾਡੀ ਸੁਧਾਈ ਕਰਾਂਗੇ, ਤੁਹਾਨੂੰ ਵੋਟ ਜਿਹੜਾ ਵੋਟ ਦਾ ਅਧਿਕਾਰ ਦੇਵਾਂਗੇ, ਪਰ ਸਾਡਾ ਵੋਟ ਦਾ ਅਧਿਕਾਰ ਜਿਹੜਾ ਖੋਹਣਾ ਚਾਹੁੰਦੇ ਆ। ਪਰ ਜਿਹੜਾ ਲੋਕਾਂ ਨੇ ਬਦਲਾਅ ਲਿਆਂਦਾ ਸੀ ਨਾ, ਇਹ ਬਦਲਾਅ ਜਿਹੜਾ ਬਹੁਤ ਮਹਿੰਗਾ ਪਊ ਲੋਕਾਂ ਨੇ। ਬਿਲਕੁਲ, ਪਿੰਡ ਦੇ ਵਿੱਚ ਕਿਸ ਤਰੀਕੇ ਦਾ ਫਿਰ ਮਾਹੌਲ ਹੈ, ਜਿਵੇਂ 750 ਵੋਟ 2400 ਚੋਂ ਕੱਟੀ ਗਈ ਆ, ਅਤੇ ਕੀ ਇਸ ਤਰੀਕੇ ਦਾ ਧਰਨਾ ਕੀ ਕਿੰਨੀ ਦੇਰ ਤੱਕ ਜਾਰੀ ਰਹੂਗਾ, ਕੋਈ ਅਲਟੀਮੇਟ ਪ੍ਰਸ਼ਾਸਨ ਨਾਲ ਗੱਲਬਾਤ? ਗੱਲਬਾਤ ਅਜੇ ਪ੍ਰਸ਼ਾਸਨ ਦੇ ਨਾਲ ਕੋਈ ਨਹੀਂ ਹੋਈ ਜੀ, ਕੱਲ੍ਹ ਅਸੀਂ ਗਏ ਜੀ। ਪ੍ਰਸ਼ਾਸਨ ਵੱਲੋਂ ਇਹ ਆ ਵੀ ਜਿੱਦਾਂ ਕਿਸੇ ਦੇ ਘਰ ਕੋਈ ਘਟਨਾ ਵਾਪਰ ਜਾਂਦੀ ਆ ਤਾਂ ਉਹ ਕਹਿ ਦਿੰਦੇ ਆ ਵੀ ਤੁਸੀਂ ਰੱਬ ਦਾ ਭਾਣਾ ਮੰਨ ਲਓ, ਉਹਨਾਂ ਨੇ ਕਹਿ ਤਾ ਰੱਬ ਦਾ ਭਾਣਾ ਮੰਨ ਲਓ, ਪਰ ਲੋਕਾਂ ਦੇ ਵਿੱਚ ਰੋਸ ਵਾ, ਲੋਕ ਅੱਜ ਸੜਕਾਂ 'ਤੇ ਬੈਠੇ ਆ। ਜਿੰਨੇ ਵੋਟਾਂ ਵਾਲੇ ਦਿਨ ਤੱਕ ਜਿਹੜਾ ਸਾਡਾ ਪ੍ਰੋਟੈਸਟ ਵਾ ਜਾਰੀ ਰਹੂਗਾ, ਅਸੀਂ ਜਿੱਥੇ ਵੋਟ ਪਾਉਣ ਲਈ ਅਧਿਕਾਰੀ ਆਉਣਗੇ ਉਹਨਾਂ ਦਾ ਵੀ ਰਸਤਾ ਰੋਕਾਂਗੇ, ਜਿੰਨਾ ਚਿਰ ਸਾਡੀ ਪ੍ਰੋਪਰ ਪੂਰੀ ਲਿਸਟ ਜਾਰੀ ਨਹੀਂ ਕਰਦੇ ਪਿੰਡ ਦੀ, ਉਹਨਾਂ ਚਿਰ ਸਾਡਾ ਧਰਨਾ ਜਾਰੀ। ਨਵੀਂ ਜਨਰੇਸ਼ਨ 'ਤੇ ਫਿਰ ਤੁਸੀਂ ਬਜ਼ੁਰਗੋ, ਕੀ ਤੁਹਾਨੂੰ ਲੱਗਦਾ ਕੀ ਅਸਰ ਪਊਗਾ ਜੇ ਹੁਣ ਇਹ ਦੌਰ ਹੈ? ਨਵੀਂ ਜਨਰੇਸ਼ਨ 'ਤੇ ਇਹੀ ਅਸਰ ਪਊਗਾ ਵੀ ਇਹ ਇੱਥੋਂ ਅੱਗੇ ਹੀ ਬੱਚੇ ਸਾਡੇ ਜਾ ਰਹੇ ਆ,
ਉਹਨਾਂ ਨੂੰ ਦਿਸੂਗਾ ਵੀ ਅੱਗੇ ਤੋਂ ਇਲੈਕਸ਼ਨ ਨਹੀਂ ਹੋਣਗੇ ਇੱਥੇ, ਇਸ ਕਰਕੇ ਹੋਰ ਜਾਣੇ ਸ਼ੁਰੂ ਹੋ ਜਾਣਗੇ। ਹੋਰ ਕੀ ਹੋਏਗਾ ਜੀ ਇੱਥੇ ਕਿ ਵੋਟ ਦਾ ਅਧਿਕਾਰ ਤਾਂ ਸਾਡਾ ਖੋਹ ਲਿਆ ਜਦੋਂ ਸਾਡੀਆਂ ਵੋਟਾਂ ਹੀ ਨਹੀਂ ਬਣ ਦੇਣੀਆਂ ਨਾ ਤਾਂ। ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਵੀ ਇਹ ਮੌਕੇ 'ਤੇ ਆਉਣ ਕੇ ਆਪਣੀਆਂ ਵੋਟਾਂ ਸਾਡੀਆਂ ਬਣਾ ਦੇਣ, ਸਾਡਾ ਕੋਈ ਧਰਨਾ ਅਸੀਂ ਉਸ ਵੇਲੇ ਚੁੱਕ ਲਵਾਂਗੇ। ਅਤੇ ਕਾਰਨ ਕੁਛ ਪਤਾ ਲੱਗਾ ਕਿ ਕਿਉਂ ਕੱਟੀਆਂ ਗਈਆਂ? ਇਹ ਕਲੈਰੀਕਲ ਮਿਸਟੇਕ ਹੈ ਜੀ, ਕਿਸੇ ਨੇ ਵੇਖਿਆ ਨਹੀਂ ਇਹਨੂੰ, ਨਾ ਚੈੱਕ ਕੀਤਾ ਵਾ। ਜਿੰਨੀਆਂ ਕਿਸੇ ਨੇ ਬਣ ਗਈਆਂ ਉਹੀ ਬਣਾ ਦਿੱਤੀਆਂ ਗਈਆਂ, ਕੋਈ ਪਿੰਡਾਂ ਪੂਰੇ ਗਲੀਆਂ ਦੀਆਂ ਗਲੀਆਂ ਕੱਟ ਦਿੱਤੀਆਂ ਗਈਆਂ, ਗਲੀਆਂ ਨਹੀਂ ਪੂਰੀਆਂ ਪੂਰੀਆਂ ਕੱਟ ਦਿੱਤੀਆਂ, ਵਾਰਡਾਂ ਹੀ ਵਾਰਡਾਂ 'ਚ। ਮੈਂ ਹੁਣ ਪੇਪਰ ਭਰਨ ਗਿਆ ਸੀ ਜੀ, ਅਤੇ ਮੇਰੀ ਵੋਟ ਹੀ ਨਿਕਲੀ, ਮੈਂ ਪੇਪਰ ਕੀ ਭਰਾਂ? ਤੁਸੀਂ ਸਰਬਸੰਮਤੀ ਨਾਲ ਇਲੈਕਸ਼ਨ? ਮੈਂ ਸਰਬਸੰਮਤੀ ਨਾਲ ਮੈਂਬਰ ਬਣਿਆ, ਮੈਂ ਦੂਸਰੀ ਵਾਰੀ ਮੈਂਬਰ ਬਣ ਰਿਹਾ, ਪਰ ਮੇਰੀ ਵੋਟ ਹੀ ਨਿਕਲੀ, ਮੈਂ ਪੇਪਰ ਕਾਹਦੇ ਭਰਾਂ?